ਮਾਸ਼ਾਅੱਲਾ ਕਾਫੀ ਖੁੱਲ ਗਿਆ ਚੂਜ਼ਾ, ਮਜ਼ੀਦ ਕੋਈ ਜਿਹੜਾ ਬੰਦ ਹੈਗਾ ਸਨ ਚੂਜ਼ੇ ਉਹ ਵੀ ਖੁੱਲ ਗਏ ਨੇ। ਇਨਸ਼ਾਅੱਲਾ ਇਹਦੇ ਨਾਲ ਮਜ਼ੀਦ ਸਰਾਂ ਦੇ ਵਿੱਚ ਬਿਹਤਰੀ ਆਵੇਗੀ ਕਿਉਂਕਿ ਅੰਦਰੋਂ ਸਫਾਈ ਹੋਊਗੀ ਅਤੇ ਬਰਡ ਜ਼ਿਆਦਾ ਤੋਂ ਜ਼ਿਆਦਾ ਬਿਹਤਰੀ ਦੀ ਤਰਫ ਆ ਜਾਏਗਾ। ਮਾਸ਼ਾਅੱਲਾ ਚੂਜ਼ਾ ਮਾਸ਼ਾਅੱਲਾ ਬਿਲਕੁਲ ਠੀਕ ਹੈ, ਐਕਟਿਵ ਹੈ, ਸਟਰੋਂਗ ਹੈ। ਮਾਸ਼ਾਅੱਲਾ ਪਰਦੇ ਵੀ ਅਸੀਂ ਡਾਊਨ ਕੀਤੇ ਹੋਏ ਨੇ ਜੀ, ਅਗਲੀ ਸਾਈਡ ਵਾਲਾ ਪਰਦਾ ਬਿਲਕੁਲ ਡਾਊਨ ਕੀਤਾ ਹੋਇਆ ਜੀ, ਪਿਛਲੀ ਸਾਈਡ ਵਾਲਾ ਅੱਧਾ ਡਾਊਨ ਹੈ ਜੀ, ਸੈਂਟਰ ਤੱਕ ਉਤਰਿਆ ਹੋਇਆ ਜੀ, ਨਜ਼ਰ ਆ ਰਿਹਾ ਜੀ ਵੀਡੀਓ ਦੇ ਵਿੱਚ। ਮਾਸ਼ਾਅੱਲਾ ਚੂਜ਼ਾ ਹੈਲਦੀ ਸਟਰੋਂਗ ਹੈ, ਮਾਸ਼ਾਅੱਲਾ ਵਜ਼ਨ ਬੜਾ ਸੋਹਣਾ ਕਰ ਰਿਹਾ ਜੀ, ਇਹ ਪਾਣੀ ਪੀ ਰਿਹਾ ਜੀ, ਵਾਟਰ ਲਾਉਣਾ ਬੜੀਆਂ ਜ਼ਬਰਦਸਤ ਸਾਫ ਮੁੰਡਿਆਂ ਨੇ ਕੀਤੀਆਂ ਨੇ ਜੀ। ਇਹ ਡੱਬੇ ਅਜੇ ਤੱਕ ਸਾਡੇ ਅੰਦਰ ਹੀ ਨੇ ਜੀ, ਅੰਦਰ ਡੱਬਿਆਂ ਦੇ ਹਿਸਾਬ ਨਾਲ ਚੂਜ਼ਾ ਮਾਸ਼ਾਅੱਲਾ ਇੱਕ ਇੱਕ ਬੈਠਾ ਹੈ ਜੀ। ਮਾਸ਼ਾਅੱਲਾ ਸਟਰੋਂਗ ਹੈਲਦੀ ਨਜ਼ਰ ਆ ਰਿਹਾ ਚੂਜ਼ਾ ਹੈ। ਵੇਖੋ ਸਰ ਕੈਮਰੇ ਦੇ ਬਿਲਕੁਲ ਨਜ਼ਦੀਕ ਹੈ, ਵੇਖੋ ਮਾਸ਼ਾਅੱਲਾ ਉੱਤੋਂ ਗੰਜਾ ਹੋ ਰਿਹਾ। ਅਲਹਮਦੁਲਿਲਾ ਮਾਸ਼ਾਅੱਲਾ ਕਿੰਨਾ ਸੋਹਣਾ ਪਿਆਰਾ ਲੱਗ ਰਿਹਾ ਬਾਰਡਰ ਦਾ ਪਾਕ ਦੀ ਜ਼ਾਤ ਖਰੀਦ ਨਾਲ।